ਰੁੱਸੇ ਹੋਏ ਸੱਜਣ ਮੰਨ ਜਾਂਦੇ, ਦਿਲਦਾਰ ਬੜੇ ਮਿਲਦੇ, ਦਿਲਦਾਰ ਬੜੇ ਮਿਲਦੇ, ਦਿਲਦਾਰ ਬੜੇ ਮਿਲਦੇ, ਦਿਲਦਾਰ ਬੜੇ ਮਿਲਦੇ, ਦਿਲ ਗਾਉਣ ਵਾਲਾ ਚਾਹੀਦਾ, ਦਿਲਦਾਰ ਬੜੇ ਮਿਲਦੇ, ਦਿਲ ਗਾਉਣ ਵਾਲਾ ਚਾਹੀਦਾ, ਦਿਲਦਾਰ ਬੜੇ ਮਿਲਦੇ, ਗਾਉਣ ਵਾਲਾ ਚਾਹੀਦਾ। ਇਹਨਾਂ ਨੂੰ ਜਿੰਨਾ ਮਰਜ਼ੀ ਕਹਿ ਦੀ, ਇਹਨਾਂ ਨੂੰ ਉੱਥੇ ਨਹੀਂ ਆਉਣਾ। ਸਾਈਂ ਜੀ ਕਹਿੰਦੇ ਤੁਹਾਡੇ ਸਾਰਿਆਂ ਦੀ ਸਾਈਂ ਜੀ ਦੇ ਦਿਲ 'ਚ ਜਗ੍ਹਾ ਹੈ, ਔਰ ਤੁਹਾਡੇ ਵੀ ਦਿਲ 'ਚ ਸਾਈਂ ਜੀ ਦੀ ਜਗ੍ਹਾ ਹੋਣੀ ਚਾਹੀਦੀ ਹੈ। ਪੈਰਾਂ 'ਚ ਮੱਥੇ ਟੇਕਣ ਨਾਲ ਕੁਛ ਨਹੀਂ ਬਣਨਾ, ਤੁਹਾਡੀ ਸਾਰਿਆਂ ਦੀ ਸਾਈਂ ਜੀ ਦੇ ਦਿਲ 'ਚ ਜਗ੍ਹਾ। ਖੁਸ਼ਕਿਸਮਤ ਹੋ ਤੁਸੀਂ, ਮੇਰੇ ਚੰਦ ਲਾਈਨਾਂ ਸੁਣ ਲਈਆਂ। ਰੁੱਸੇ ਹੋਏ ਸੱਜਣ ਮੰਨ ਜਾਂਦੇ, 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 ਮਨਾਉਣ ਵਾਲਾ ਚਾਹੀਦਾ, ਰੁੱਸੇ ਹੋਏ ਸੱਜਣ ਮੰਨ ਜਾਂਦੇ, ਮਨਾਉਣ ਵਾਲਾ ਚਾਹੀਦਾ, ਰੁੱਸੇ ਹੋਏ ਸੱਜਣ ਮੰਨ ਜਾਂਦੇ, ਮਨਾਉਣ ਵਾਲਾ ਚਾਹੀਦਾ। ਇੱਥੇ ਆ ਜਾਓ, ਇੱਥੇ ਆ, ਤੁਹਾਡੇ ਕੋਲ ਇੱਥੇ ਤੁਹਾਡੀ ਇਜਾਜ਼ਤ ਹੈ, ਇੱਥੇ ਆ।
Let me say it, let me touch it.
ਬੰਦਗੀ ਦਾ ਟਾਈਮ ਹੈ, ਜਿੱਥੇ ਵੀ ਬੈਠੇ ਬਹਿ ਕੇ ਮਸਤੀ ਲਓ, ਹੈ ਬਹਿ ਕੇ ਮਾਰੋ ਤਾੜੀ। ਸਰਦਾਰ ਦਾ ਕਿਰਦਾਰ ਬਹੁਤ ਵਧੀਆ ਹੋ ਗਿਆ, ਚੜ੍ਹਦੀ ਕਲਾ ਚ ਰਹੂਗਾ। ਜੈਕਾਰਾ ਨਵੇਂ ਮਰਾਸ਼ਾ ਵਾਲੀ ਦਾ, ਜੈਕਾਰਾ ਗਿਆਰਵੀਂ ਵਾਲੀ ਸਰਕਾਰ ਦਾ। ਸਰਦਾਰ ਸੂਈਆਂ ਸਹੀ ਚੱਲਦੀਆਂ ਨੇ ਹੁਣ ਘੜੀ। ਘੜੀ ਨੇ ਸਾਰੀਆਂ ਸੂਈਆਂ ਸਹੀ ਕੀਤੀਆਂ, ਯਾਦ ਹੈ? ਦੇਖਾ ਕਿਸੇ ਚਲੋ ਸਾਈਂ ਜਿਹੜੇ ਘੜੀ ਪਾਈ ਸੀ, ਕੌਣ ਸੀ ਉੱਥੇ? ਤੁਹਾਡੇ ਤੋਂ ਬਹੁਤ ਸਾਰੇ ਹੋਣੇ ਕਹਿੰਦੇ ਸਾਈਂ ਜੀ, ਕਹਿੰਦੇ ਸਮਾਂ ਬਦਲ ਗਿਆ ਤੇਰਾ, ਅੱਜ ਤੋਂ ਉਦੋਂ ਤੋਂ ਹੀ ਬਦਲ ਗਿਆ। ਮਾਪਿਆਂ ਨੂੰ ਪੂਜ ਲਿਓ, ਹੈਂ, ਕੋਸ਼ਿਸ਼ ਕਰਿਆ ਕਰੋ ਕਿ ਤੁਹਾਡੀ ਵਜ੍ਹਾ ਦੇ ਨਾਲ ਤੁਹਾਡੇ ਮਾਪਿਆਂ ਦੀ ਅੱਖ 'ਚ ਅੱਥਰੂ ਨਾ ਆਵੇ। ਕੋਸ਼ਿਸ਼ ਕਰਿਓ ਉਹਨਾਂ ਦੀ ਆਤਮਾ ਠੰਡੀ, ਜੇ ਮਾਪਿਆਂ ਦੀ ਆਤਮਾ ਠੰਡੀ ਹੈ ਤਾਂ ਤੁਹਾਨੂੰ ਹਮੇਸ਼ਾ ਠੰਡੀਆਂ ਹਵਾਵਾਂ ਹੀ ਹੋਣਗੀਆਂ। ਸਰਦਾਰ ਗੁਰੂਆਂ ਪੀਰਾਂ ਫਕੀਰਾਂ ਨੂੰ ਜਨਮ ਦੇਣ ਵਾਲੇ ਮਾਂ, ਜੇ ਮਾਂ ਨਾ ਹੁੰਦੀ ਹੈ ਜਹਾਨ ਵੀ ਨਾ ਹੁੰਦਾ, ਸ਼ਾਇਦ ਗੀਤਾ ਵੀ ਨਾ ਹੁੰਦੀ ਅਤੇ ਕੁਰਾਨ ਵੀ ਨਾ ਹੁੰਦਾ। ਕਾਕਾ ਫਕੀਰੀ ਰਮਜਦੀ ਹੈ, ਗਰਜਦੀ ਨਹੀਂ ਹੈਗੀ। ਜੇ ਰੱਬ ਦੀ ਬੰਦਗੀ ਕਰਦੇ ਹੋ ਤਾਂ ਤੋਹਫਿਆਂ ਖਾਤਰ ਨਹੀਂ ਕਰਨੀ, ਬਖਸ਼ਾਉਣ ਲਈ ਕਰਨੀ ਹੈ ਕਿ ਬਖਸ਼ ਦੇ, ਉਹਨੂੰ ਪਾਉਣ ਲਈ ਕਰਨੀ ਹੈ। ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ, ਕਿਸੇ ਦੀ ਕੱਲ੍ਹ ਬਣਦੀ ਹੈ, ਬਣਦੀ ਜ਼ਰੂਰ ਹੈ।
ਜੇ ਰੱਬ ਦੀ ਬੰਦਗੀ ਤੋਹਫ਼ਿਆਂ ਦੇ ਲਈ ਕੀਤੀ ਤਾਂ ਫਿਰ ਬੰਦਗੀ ਕੀ ਕੀਤੀ? ਹੈਂ, ਕਿਸੇ ਸ਼ਖਸ ਨੇ ਮੈਨੂੰ ਕਿਹਾ, ਕਹਿੰਦੇ ਦਾਤਾ ਤੋਂ ਕੀ ਮੰਗਣਾ ਚਾਹੀਦਾ? ਮੈਂ ਕਿਹਾ ਮੰਗ ਸਕਦਾ? ਕਹਿੰਦੇ ਦੱਸੋ ਕੀ ਮੰਗੀਏ? ਮੈਂ ਕਿਹਾ ਦਾਤਾ ਤੋਂ ਦਾਤਾ ਨੂੰ ਹੀ ਮੰਗ ਲੈ। ਦਾਤਾ ਤੋਂ ਦਾਤਾ ਨੂੰ ਹੀ ਮੰਗ ਲੈ। ਜਦੋਂ ਦਾਤਾ ਮਿਲ ਗਿਆ ਨਾ, ਦਾਤਾ ਮੰਗਣ ਦੀ ਲੋੜ ਨਹੀਂ ਪੈਣੀ। ਮੇਰੇ ਸਾਈਂ ਤੇਰੇ ਨੱਚਦੇ ਮਲੰਗ ਦੇਖ ਲੈ, ਗੱਲ ਕਰਦੇ ਹਾਂ। ਸਾਈਂ ਜੀ ਨੇ ਇਸ਼ਾਰਾ ਕੀਤਾ, ਮਾਂ ਮੇਰੀ